ਮੈਂ ਡਾਕਟਰ ਅਨੂਪ ਪ੍ਰਿੰਸੀਪਲ ਕੇ ਆਰ ਐਮ ਡੀਏਵੀ ਕਾਲਜ ਨਕੋਦਰ ਅ ਅੱਜ ਬੜਾ ਮੁਬਾਰਕ ਮੌਕਾ ਹੈ ਕਿ ਇਹ ਜਿਹੜਾ ਮਹੀਨਾ ਹੁੰਦਾ ਹੈ ਸਾਡੇ ਹਿੰਦੂਸਤਾਨ ਦੇ ਵਿੱਚ ਤਿਉਹਾਰਾਂ ਦਾ ਔਰ ਪਰਵਾ ਦਾ ਮਹੀਨਾ ਹੁੰਦਾ ਹੈ ਅਸੀਂ ਹੁਣੇ ਦਿਸ਼ਾਰਾ ਮਨਾ ਕੇ ਹਟੇ ਆਂ ਔਰ ਆਉਣ ਵਾਲੇ ਦਿਨਾਂ ਵਿੱਚ ਦੀਵਾਲੀ ਔਰ ਬੰਦੀ ਛੋੜ ਦਿਵਸ ਬਾਬਾ ਵਿਸ਼ਕਰਮਾ ਜੀ ਇਹ ਲਗਾਤਾਰ ਆਉਣ ਵਾਲੇ ਵੱਡੇ ਤਿਉਹਾਰ ਨੇ ਔਰ ਇਹਨਾਂ ਤਿੰਨਾਂ ਤਿਉਹਾਰਾਂ ਦੀ ਮੈਂ ਆਪਣੇ ਵੱਲੋਂ ਆਪਣੇ ਕਾਲਜ ਦੇ ਸਟਾਫ ਵੱਲੋਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦੇਣਾ ਭਾਰਤ ਸਾਰੇ ਭਾਰਤ ਵਾਸੀਆਂ ਨੂੰ ਭਾਰਤ ਤੋਂ ਬਾਹਰ ਰਹਿ ਰਹੇ ਹਿੰਦੂਸਤਾਨੀਆਂ ਨੂੰ ਔਰ ਦੁਨੀਆ ਦੇ ਸਾਰੇ ਸਮੁੱਚੇ ਲੋਕਾਂ ਨੂੰ ਇਹ ਤਿਉਹਾਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਖੁਸ਼ਹਾਲੀ ਲੈ ਕੇ ਆਵੇ ਔਰ ਇਨ੍ਹਾਂ ਤਿੰਨਾਂ ਤਿਉਹਾਰਾਂ ਦੀ ਜੋ ਮਹੱਤਤਾ ਹੈ ਉਹ ਕਿਸੇ ਤੋਂ ਛੁਪੀ ਨਹੀਂ ਹੋਈ ਹੈ ਅਸੀਂ ਉਸ ਮਹੱਤਤਾ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਨੂੰ ਦੁਬਾਰਾ ਰਿਵਾਈਜ਼ ਕਰੀਏ ਔਰ ਕੋਸ਼ਿਸ਼ ਕਰੀਏ ਕਿ ਅਸੀਂ ਦੀਵਾਲੀ ਔਰ ਇਨ੍ਹਾਂ ਤਿਉਹਾਰਾਂ ਦੇ ਮੌਕੇ ਕਿਸੇ ਲੋੜਵੰਦ ਜਿਹੜਾ ਕੋਈ ਆਦਮੀ ਹੈ ਉਹਦੀ ਜ਼ਿੰਦਗੀ ਦੇ ਵਿੱਚ ਚਾਨਣ ਔਰ ਖੁਸ਼ੀਆਂ ਜੜੀਆਂ ਉਹ ਸਮਿਟ ਕੇ ਸਮਿਟੀਏ ਔਰ ਆਸ ਕਰਦੇ ਆ ਕਿ ਪੂਰੀ ਦੁਨੀਆ ਦੇ ਲੋਕ ਇਸ ਨੂੰ ਬਹੁਤ ਉਤਸ਼ਾਹ ਦੇ ਨਾਲ ਜਿਸ ਤਰੀਕੇ ਨਾਲ ਮਨਾਉਂਦੇ ਆ ਉਹ ਉਤਸ਼ਾਹ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਬਰਕਰਾਰ ਰਹੇ